ਨਾ ਕੋਟਬਾਈ ਦੇ ਐਸਐਚਓ ਕ੍ਰਿਸ਼ਨ ਕੁਮਾਰ ਤੇ ਮਹਿਲਾ ਵੱਲੋਂ ਕੁੱਟਮਾਰ ਕਰਨ ਅਤੇ ਨਜਾਇਜ਼ ਤੌਰ ਤੇ ਹਿਰਾਸਤ ਵਿੱਚ ਰੱਖਣ ਦੇ ਦੋਸ਼ ਲੱਗੇ ਹਨ ਆਪਣੀ ਨਿਯੁਕਤੀ ਸਮੇ ਤੋਂ ਹੀ ਲੈ ਕੇ ਲਗਾਤਾਰ ਵਿਵਾਦਾਂ ਚ ਚੱਲ ਰਹੇ ਥਾਣਾ ਕੋਟਬਾਈ ਦੇ ਐਸਐਚਓ ਕ੍ਰਿਸ਼ਨ ਕੁਮਾਰ ਤੇ ਪਿੰਡ ਕੋਟਬਾਈ ਦੀ ਇੱਕ ਮਹਿਲਾ ਵੱਲੋਂ ਕਥਿਤ ਤੌਰ ਤੇ ਕੁੱਟਮਾਰ ਕੀਤੇ ਜਾਣ ਅਤੇ ਨਜਾਇਜ਼ ਤੌਰ ਤੇ ਥਾਣੇ ਵਿੱਚ ਰੱਖਣ ਦੇ ਗੰਭੀਰ ਦੋਸ਼ ਲਗਾਏ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਪੀੜਤ ਮਹਿਲਾ ਬਿੰਦਰ ਕੌਰ ਪਤਨੀ ਬਲਤੇਜ ਸਿੰਘ ਵਾਸੀ ਪਿੰਡ ਕੋਟਬਾਈ ਨੇ ਦੱਸਿਆ ਕਿ ਉਸ ਦਾ ਭਰਾ ਗੁਰਮੀਤ ਸਿੰਘ ਨੂੰ ਬੁਰੀ ਸੰਗਤ ਵਿੱਚ ਹੋਣ ਕਾਰਨ ਸਾਲ 2007 ਵਿੱਚ ਉਹਨਾਂ ਦੀ ਮਾਤਾ ਵੱਲੋਂ ਗੁਰਮੀਤ ਸਿੰਘ ਨੂੰ ਬੇਦਖਲ ਕਰ ਦਿੱਤਾ ਸੀ। ਬੀਤੇ ਦਿਨ ਉਕਤ ਐਸਐਚਓ ਕ੍ਰਿਸ਼ਨ ਕੁਮਾਰ ਸਵੇਰੇ ਉਹਨਾਂ ਦੇ ਘਰ ਆਇਆ ਅਤੇ ਮੈਨੂੰ ਜ਼ਬਰਦਸਤੀ ਘਰੋਂ ਚੁੱਕ ਕੇ ਥਾਣਾ ਕੋਟਬਾਈ ਵਿਖੇ ਲੈ ਗਿਆ ਅਤੇ ਉਸ ਸਮੇਂ ਘਰ ਵਿੱਚ ਉਸ ਦਾ ਪਤੀ ਬਲਜੀਤ ਸਿੰਘ ਵੀ ਘਰ ਵਿੱਚ ਮੌਜੂਦ ਨਹੀਂ ਸੀ। ਅਤੇ ਉਸ ਸਮੇਂ ਉਕਤ ਐਸਐਚਓ ਕ੍ਰਿਸ਼ਨ ਕੁਮਾਰ ਨਾਲ ਕੋਈ ਵੀ ਮਹਿਲਾ ਪੁਲਿਸ ਕਰਮਚਾਰੀ ਵੀ ਨਹੀਂ ਸੀ ਥਾਣੇ ਵਿੱਚ ਐਸਐਚਓ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਰਾ ਗੁਰਮੀਤ ਸਿੰਘ ਬਾਰੇ ਜਾਣਕਾਰੀ ਦੇਵੇ ਜੋ ਕਿ ਪਿੰਡ ਛਤਿਆਣਾ ਤੋਂ ਇੱਕ ਲੜਕੀ ਨੂੰ ਭੁਜਾ ਕੇ ਲੈ ਗਿਆ ਹੈ ਬਿੰਦਰ ਕੌਰ ਨੇ ਦੱਸਿਆ ਕਿ ਜਦੋਂ ਉਸਨੇ ਐਸਐਚਓ ਕ੍ਰਿਸ਼ਨ ਕੁਮਾਰ ਨੂੰ ਕਿਹਾ ਕਿ ਉਸਦੇ ਪਰਿਵਾਰ ਦਾ ਗੁਰਮੀਤ ਸਿੰਘ ਨਾਲ ਬੀਤੇ ਲੰਮੇ ਸਮੇਂ ਤੋਂ ਕੋਈ ਸਬੰਧ ਜਾਂ ਆਉਣ ਜਾਂ ਨਹੀਂ ਹੈ ਇਸ ਲਈ ਉਸ ਨੂੰ ਨਹੀਂ ਪਤਾ ਕਿ ਗੁਰਮੀਤ ਸਿੰਘ ਕਿਸ ਲੜਕੀ ਨੂੰ ਭੁਜਾ ਕੇ ਲੈ ਗਿਆ ਹੈ ਜਾਂ ਇਸ ਸਮੇਂ ਕਿੱਥੇ ਹੈ ਵਿੰਦਰ ਕਾ ਉਹਨੇ ਦੱਸਿਆ ਕਿ ਉਸ ਵੱਲੋਂ ਦਿੱਤੇ ਜਵਾਬ ਤੋਂ ਬਾਅਦ ਐਸਐਚਓ ਕ੍ਰਿਸ਼ਨ ਕੁਮਾਰ ਪੂਰੀ ਤਰ੍ਹਾਂ ਰੋਵ ਵਿੱਚ ਆ ਗਿਆ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਦੀ ਜਾਤੀ ਪ੍ਰਤੀ ਵੀ ਜਾਤੀ ਸੂਚਕ ਸ਼ਬਦਾਂ ਦਾ ਪ੍ਰਯੋਗ ਕੀਤਾ ਉਸਨੇ ਦੱਸਿਆ ਗਿਆ ਐਸਐਚਓ ਕ੍ਰਿਸ਼ਨ ਕੁਮਾਰ ਵੱਲੋਂ ਉਸ ਨੂੰ ਰਾਤ ਕਰੀਬ 8 ਵਜੇ ਤੱਕ ਥਾਣੇ ਵਿੱਚ ਨਜਾਇਜ਼ ਤੌਰ ਤੇ ਬੰਦ ਰੱਖਿਆ ਗਿਆ ਜਿਸ ਤੇ ਉਸਦੇ ਪਤੀ ਬਲਜੀਤ ਸਿੰਘ ਵੱਲੋਂ ਉਕਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਹੀ ਉਸ ਨੂੰ ਛੱਡਿਆ ਗਿਆ ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹਨਾਂ ਇਸ ਸੰਬੰਧੀ ਇੱਕ ਦਰਖਾਸਤ ਐਸਐਸਪੀ ਸ਼੍ਰੀ ਮੁਖਸਦ ਸਾਹਿਬ ਨੂੰ ਉਕਤ ਐਸਐਚਓ ਕ੍ਰਿਸ਼ਨ ਕੁਮਾਰ ਵਿਰੋਧ ਕਾਰਵਾਈ ਕਰਨ ਲਈ ਦਿੱਤੀ ਅਤੇ ਖੁਦ ਇਲਾਜ ਲਈ ਸਿਵਲ ਹਸਪਤਾਲ ਸ਼੍ਰੀ ਮੁਖਸਦ ਸਾਹਿਬੇ ਕੇ داخل ਹੋ ਗਈ ਦੂਜੇ ਪਾਸੇ ਜਦੋਂ ਇਸ ਮਾਮਲੇ ਸੰਬੰਧੀ ਐਸਐਚਓ ਕ੍ਰਿਸ਼ਨ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਵੱਲੋਂ ਕਿਸੇ ਵੀ ਔਰਤ ਦੀ ਕੋਈ ਵੀ ਕੁੱਟਮਾਰ ਨਹੀਂ ਕੀਤੀ ਗਈ ਅਤੇ ਨਾ ਹੀ ਨਜਾਇਜ਼ਤਾ ਉਤੇ ਥਾਣੇ ਅੰਦਰ ਕਿਸੇ ਮਹਿਲਾ ਨੂੰ ਰੱਖਿਆ ਗਿਆ ਹੈ। ਜਦੋਂ ਉਕਤ ਪੂਰੇ ਮਾਮਲੇ ਸਬੰਧੀ ਡੀਐਸਪੀ ਰਾਜਪਾਲ ਸਿੰਘ ਹੁੰਦਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਮੈਨੂੰ ਇੱਕ ਮੋਬਾਈਲ ਤੇ ਫੋਨ ਆਇਆ ਸੀ ਅਤੇ ਮੇਰੇ ਕਹਿਣ ਤੇ ਮਹਿਲਾ ਨੂੰ ਛੱਡ ਦਿੱਤਾ ਗਿਆ ਸੀ ਅਤੇ ਅੱਜ ਮੈਨੂੰ ਪਤਾ ਲੱਗਾ ਹੈ ਕਿ ਉਕਤ ਮਹਿਲਾ ਨੂੰ ਮੁੜ ਥਾਣੇ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਹੈ। ਜਦੋਂ ਕਿ ਮੈਂ ਖੁਦ ਇਸ ਮਾਮਲੇ ਦੀ ਜਾਂਚ ਕਰ ਰਿਹਾ ਹਾਂ ਅਤੇ ਜਾਂਚ ਦੇ ਨਤੀਜਿਆਂ ਤੋਂ ਬਾਅਦ ਬੰਦ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜੀ ਬਿੰਦਰ ਕੌਰ ਆ ਜੀ ਕੀ ਹੋਇਆ ਜੀ ਐਸ ਐਚਓ ਤੁਹਾਨੂੰ ਕੋਰਟ ਭਈ ਵਾਲਾ ਜਿਹੜਾ ਲੈ ਕੇ ਗਿਆ ਜੀ ਕੀ ਕਾਰਨ ਆ ਉਹ ਕਾਰਨ ਆ ਜੀ ਮੇਰਾ ਭਾਈ ਨੇ 2007 ਚ ਅਸੀਂ ਬੇਦਖਲ ਕੀਤਾ ਸੀਗਾ ਜੀ ਤੇ ਉਹ ਉਹਦਾ ਕੋਈ ਰੌਲਾ ਹੋਣ ਦੇ ਕਾਰਨ 2 ਮਹੀਨੇ ਹੋ ਗਏ ਜੀ ਉਹਦਾ ਰੌਲਾ ਸੀ ਕੋਈ ਤੇ ਉਹ ਮੈਨੂੰ ਜੇਲ੍ਹ ਦੇ ਵਿੱਚ ਚੱਕ ਕੇ ਲੈ ਗਿਆ ਜੀ ਉਸ ਰੌਲੇ ਵਿੱਚ ਹੂੰ ਕਿਦੋਂ ਲੈ ਕੇ ਗਿਆ ਸੀ ਜੀ ਜੇ 31 ਤਰੀਕ ਨੂੰ ਲੈ ਕੇ ਗਿਆ ਸੀ ਜੀ 6 ਵਜੇ ਚੱਕ ਕੇ ਮੈਨੂੰ ਕੋਈ ਉਹਦੇ ਨਾਲ ਲੇਡੀ ਪੁਲਿਸ ਨਹੀਂ ਸੀਗੀ ਜੀ ਤੇ ਮੈਨੂੰ ਬਹੁਤ ਬੁਰਾ ਭਲਾ ਕਿਹਾ ਉਹਨੇ ਇਥੋਂ ਧੱਕੇ ਮਾਰ ਕੇ ਲੈ ਕੇ ਗਿਆ ਜੀ ਮੈਨੂੰ ਉਹ ਥਾਣੇ 'ਚ ਜਾ ਕੇ ਬਹੁਤ ਵਾਰ ਸਲੂਕੀ ਕੀਤੀ ਮੇਰੇ ਨਾਲ ਕਹਿੰਦਾ ਚੂੜੀ ਆ ਤੂੰ ਕੀ ਕਰ ਦੇਂਗੀ ਸਾਡਾ ਆਇਆ ਯਾਹ ਤੂੰ ਕੀ ਕਰ ਦੇਂਗੀ ਕਹਿੰਦਾ ਤੁਹਾਡੇ ਮਗਰ ਤਾਂ ਕੁੱਤਾ ਵੀ ਨਹੀਂ ਆਉਂਦਾ ਹੁਣ ਤੂੰ ਐਸ.ਐਚ.ਓ ਦੇ ਫੋਨ ਕਰਾਈ ਜਾਨੀ ਮੈਂ ਤੇਰੇ ਹੱਡਾਂ 'ਚੋਂ ਕੱਢ ਲੂੰਗਾ ਐ ਕਰ ਲੂੰਗਾ ਯਾਹ ਕਰ ਲੂੰਗਾ ਜੀ ਬਹੁਤ ਕੁਛ ਕੀਤਾ ਜੀ ਮੇਰੇ ਨਾਲ ਉਹਨੇ ਕਟਮਾਰ ਵੀ ਕੀਤੀ ਹਾਂਜੀ ਕਟਮਾਰ ਕੀਤੀ ਮੇਰੇ ਪਹਿਲਾਂ ਸ਼ਾਲ ਲਾਇਆ ਗਿਆ ਜੀ ਫਿਰ ਮੇਰੇ ਸਿਰ ਤੋਂ ਟੋਪੀ ਲਾਈ ਟੋਪੀ ਲਾ ਕੇ ਮੇਰੀ ਗੁੱਤ ਫੜ ਕੇ ਦੋ ਮੇਰੇ ਮੂੰਹ ਤੇ ਚਪੇੜੇ ਉਧਰ ਮਾਰੇ ਜੀ ਦੋ ਉਧਰ ਮਾਰੇ ਮੁੜ ਕੇ ਮੈਨੂੰ ਠੁੱਡਾਣਾ ਰੋੜੀ ਫਿਰਿਆ ਜੀ ਉਹਦੇ ਵਿੱਚ ਜੇਲ੍ਹ ਦੇ ਉਹ ਅੱਛਾ ਠੁੱਡਿਆਣਾ ਜਦੋਂ ਰੋੜੀ ਫਿਰਿਆ ਜੀ ਤੇ ਮੈਂ ਆਖਿਆ ਜੀ ਮੇਰੇ ਵਿੱਚ ਕੁਝ ਨਹੀਂ ਮੈਨੂੰ ਕਹਿੰਦਾ ਕੱਪੜੇ ਉਤਾਰ ਮੈਂ ਕਿਹਾ ਨਹੀਂ ਜੀ ਮੈਂ ਇਹ ਕੰਮ ਨਹੀਂ ਕਰਦੀ ਕਿ ਮੈਂ ਕੱਪੜੇ ਨਹੀਂ ਉਤਾਰਦੀਗੀ ਬਹੁਤ ਮੇਰੇ ਨਾਲ ਬਦਸਲੂਕੀ ਕੀਤੀ ਜੀ ਮੈਨੂੰ ਨੂੰ ਸਾਫ਼ ਮਿਲਣਾ ਚਾਹੀਦਾ ਜੀ ਹੁਣ ਤੁਸੀਂ ਉਸ ਤੋਂ ਬਾਅਦ ਕੁਰਸੀ ਉੱਥੇ ਗਈ ਕਿ째 ਅਫਸਰ ਨੂੰ ਮਿਲੇ ਜੀ ਅਫਸਰ ਨੂੰ ਮਿਲੇ ਸੀ ਹਾਂ ਨਹੀਂ ਸੀ ਨੂੰ ਮੈਂ ਰਹਿ ਜੀ ਇਸੇ ਤੇ ਟੀਸੀ ਨੂੰ ਮਿਲੇ ਆ ਜੀ ਅਸੀਂ ਤੁਸੀਂ ਕੋਈ ਉੱਥੇ ਗਏ ਹੋ ਆਪਣਾ ਹਸਪੀਟਲ ਦੇ ਵਿੱਚ ਮੁੱਕ ਸਕਦੇ ਹੋ ਹਾਂਜੀ ਹਸਪੀਟਲ ਚ ਗਏ ਆ ਜੀ ਅਸੀਂ ਟ੍ਰੀਟਮੈਂਟ ਕਰਵਾਇਆ ਹਾਂ ਹਾਂਜੀ ਕਰਵਾਇਆ ਜੀ ਮੇਰੇ ਗਮ ਸੱਟਾਂ ਵੱਜੀਆਂ ਜੀ ਬਹੁਤ ਜ਼ਿਆਦਾ ਆਂ ਮੈਂ ਕੀ ਕੀਤਾ ਜੀ ਡਿਜੀ ਨੇ ਸਾਡੀ ਅਰਜ਼ੀ ਪੜ੍ਹ ਲਈ ਜੀ ਬਸ ਤੇ ਹੁਣ ਕੋਈ ਗੱਲ ਨਹੀਂ ਇਹ ਕਾਰਵਾਈ ਕਰਾਂਗੇ ਹਾਂ ਦੇ ਉਹਾਂ ਦੇ ਅਸੀਂ ਕਾਰਵਾਈ ਕਰਾਂਗੇ ਤਾਨੂੰ ਲੱਗਦਾ ਵੀ ਜਿਹੜੇ ਹੈਗੇ ਪੁਲਿਸ ਇਹ ਜਿਹੜਾ ਅਫਸਰ ਹੈਗਾ ਹੈ ਇਹ ਮੈਨੂੰ ਕਹਿੰਦਾ ਜੀ ਤੁਹਾਨੂੰ 10 ਸਾਲਾਂ ਵਿੱਚ ਜੇ ਜੇਲ੍ਹ ਵਿੱਚ ਸੜੇਂਗੀ ਕਹਿੰਦਾ ਤੂੰ ਜਾਂ ਤਾਂ ਆਪ ਦੇ ਭਰਾ ਦੱਸ ਦੇ ਕਿੱਥੇ ਹੈ ਮੈਂ ਕਿਹਾ ਜੀ ਮੈਨੂੰ ਨਹੀਂ ਪਤਾ ਜੇ ਪਤਾ ਹੁੰਦਾ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਮੈਨੂੰ ਜੀ ਜਦੋਂ ਉਹਦੇ ਬਾਰੇ ਪਤਾ ਹੀ ਨਹੀਂ ਮੈਂ ਕੀ ਦੱਸਾਂ ਜੇ ਤੋਂ ਮੇਰੇ ਨੂੰ ਉਹ ਬੇਦਖਲਾ ਜੀ ਮੇਰੇ ਕੋਈ ਕਸੂਰ ਦੱਸੋ ਜੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ ਮਦਰਕੋ ਜੀ ਤੁਸੀਂ ਇਹ ਜਿਹੜਾ ਹਸਪੀਟਲ ਤੁਹਾਨੂੰ ਆਪਣਾ ਕਦੋਂ ਅੱਜ ਛੁੱਟੀ ਮਿਲੀ ਹੈ ਜੀ ਹਾਂ ਜੀ ਅੱਜ ਛੁੱਟੀ ਮਿਲੀ ਹੈ ਜੀ ਹਸਪੀਟਲ ਚ ਕੱਲ ਕਿਦੋਂ ਇਸ ਜੀ ਕੱਲ ਹੋਈ ਸੀ ਪਹਿਲਾਂ ਅਸੀਂ ਜੀ ਉਹਦੇ ਪੇਸ਼ ਹੋਏ ਆ ਡੀਸੀ ਦੇ ਦੋ ਦਿਨ ਅਸੀਂ ਉਹਦੇ ਪੇਸ਼ ਹੁੰਦੇ ਰਹੇ ਆ ਜੀ ਬਾਅਦ ਵਿੱਚ ਸਾਨੂੰ ਉਹ ਕਹਿੰਦਾ ਵੀ ਤੁਸੀਂ ਕੋਈ ਗੱਲ ਨਹੀਂ ਦਵਾਈ ਬੂਟੀ ਲੈ ਲਓ ਵੀ ਅਸੀਂ ਉਹਦੇ ਨਾਲ ਕਾਰਵਾਈ ਕਰਾਂਗੇ ਜੀ ਉਹਨਾਂ ਨੇ ਪਤਾ ਨਹੀਂ ਜੀ ਕੀਤੀ ਆ ਕੋਈ ਕਿ ਨਹੀਂ ਜੀ ਤੇ ਅਸੀਂ ਬਸ ਉਹ ਕਰਨਾ ਚਾਹੁੰਦੇ ਆ ਜੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਠੁੱਡਿਆਣਾ ਰੋੜਿਆ ਗਿਆ ਜੀ ਮੈਂ ਗਰੀਬ ਘਰ ਦੀ ਧੀ ਸੀ ਮੈਨੂੰ ਚੂੜੀ ਕਿਹਾ ਗਿਆ ਬਹੁਤ ਕੁਝ ਕਿਹਾ ਗਿਆ ਜੀ ਮੈਨੂੰ ਇੰਨੀ ਬਦਸਲੂਕੀ ਕਿਸੇ ਨਾਲ ਵੀ ਨਹੀਂ ਹੋਣੀ ਜਿੰਨੀ ਮੈਨੂੰ ਜਿੰਨੀ ਮੇਰੇ ਨਾਲ ਕੀਤੀਆਂ ਨੇ ਇਹ ਬੋਰਡ ਭਾਈਏ ਲੇਡੀਜ਼ ਦਾ ਮਾਮਲਾ ਬਿੰਦਰਪੁਰ ਦਾ ਜਿੰਦੀ ਕੱਲ ਤੁਹਾਡੇ ਕੋਲ ਕਾਲ ਵੀ ਆਈ ਸੀਗੀ ਜਿਹਨੂੰ ਜਾਇਜ਼ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ 98 ਕੋਟ ਭੇਜ ਸਚੋਲ ਉਹ ਕੀ ਮਾਮਲਾ ਜੀ ਆ ਕੱਲ ਮੈਨੂੰ ਕੋਲ ਕਾਲ ਆਈ ਸੀ ਕਿ ਐਸ ਐਚਓ ਕਿਸੇ ਕੇਸ ਦੇ ਕਨੈਕਸ਼ਨ ਚ ਇੱਕ ਲੇਡੀ ਨੂੰ ਲੈ ਕੇ ਆਏ ਨੇ ਉਹ ਪੁੱਛਗੇ ਚ ਵਾਸਤੇ ਕਿਉਂਕਿ ਕਿਸੇ ਦੀ ਬੇਟੀ ਚਲੀ ਗਈ ਸੀ ਤੇ ਪਰ ਹੁਣ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਉਸ ਤੋਂ ਬਾਅਦ ਜਦੋਂ ਮੇਰੇ ਕਾਲ ਤੋਂ ਬਾਅਦ ਉਹਨੇ ਉਹਨੂੰ ਲੇਡੀ ਨੂੰ ਜਾਣ ਦਿੱਤਾ ਪਰ ਇਹ ਪਤਾ ਲੱਗਾ ਕਿ ਉਹਨਾਂ ਇਹਨੇ ਕੁੱਟਮਾਰ ਕੀਤੀ ਹੈ ਤੇ ਹੁਣ ਅਸੀਂ ਜਿਹੜਾ ਇਹ ਮਾਮਲਾ ਹੁਣ ਮੇਰੇ ਧਿਆਨ ਚਾਹੇ ਤੇ ਅਸੀਂ ਪੜਤਾਲ ਕਰ ਰਹੇ ਹਾਂ ਤੇ ਛੇਤੀ ਛੇਤੀ ਇਹਦਾ ਰਿਜ਼ਲਟ ਲੈ ਕੇ ਆਵਾਂਗੇ ਅਜੇ ਸੱਚੂ ਸਾਹਿਬ ਆਪ ਕਿੱਥੇ ਜੀ ਕ੍ਰਿਸ਼ਨ ਕੁਮਾਰ ਜੀ ਨਹੀਂ ਮੈਂ ਹੁਣੇ ਆਪ ਥਾਣੇ ਪਹੁੰਚਿਆ ਮੈਂ ਉਹੀ ਪਤਾ ਕਰਨ ਲੱਗਾ ਕਿ ਉਹ ਕਿੱਥੇ ਨੇ ਹੁਣ ਸਰ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਦੇ ਕ੍ਰਿਸ਼ਨ ਕੁਮਾਰ ਜੀ ਥਾਣੇ ਚ ਆਏ ਉਦੋਂ ਦੇ ਵਿਵਾਦਾਂ ਚ ਕੀ ਰੇਰੇ ਹੈ ਖਾਸ ਕਰਕੇ ਲੈ ਕੇ ਕਿ ਕੁੱਟਮਾਰ ਨੂੰ ਨ ਕੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕੀ ਕਰਨਾ ਨਹੀਂ ਇਸ ਚੀਜ਼ ਤੇ ਨਹੀਂ ਮੈਂ ਕਮੈਂਟ ਕਰ ਸਕਦਾ ਕਿ ਕਿ ਜਦੋਂ ਦੇ ਆਏ ਉਹਦੋਂ ਵਿਵਾਦਾਂ ਚ ਇਹ ਨੇ ਪਰ ਜੋ ਵੀ ਕੋਈ ਇਹਨਾਂ ਤੇ ਅਲਿਗੇਸ਼ਨ ਆ ਉਹਦੀ ਸਹੀ ਤਰੀਕੇ ਨਾਲ ਪੜਤਾਲ ਹੋ ਰਹੀ ਸਰ ਜਿਵੇਂ ਕਿ ਤੁਹਾਡੇ ਆਰ ਦੇ ਬਾਰ ਚ 40 ਦਿਨ મંદિર ਵਾਲੇ ਬੰਦਿਆਂ ਦੀ ਤਰਫੋਂ ਸਾਰੇ ਪਰਿਵਾਰ ਦੀ ਤਰਫੋਂ ਧਰਨਾ ਲੱਗਦਾ ਰਿਹਾ ਉਹਨਾਂ ਦੇ ਇੱਕ ਬੱਚਾ ਛੋਟਾ ਕੁੜੀਆ ਵੀ 8-10 ਸਾਲਾਂ ਦੀ ਬੈਠਦੀ ਰਹੀ ਹੈ ਧਰਨੇ ਚ 40 ਦਿਨ ਰੈਗੂਲਰ ਉਸ ਤੇ ਵੀ ਨਹੀਂ ਕੋਈ ਕਾਰਵਾਈ ਉਹ ਕੀ ਕਾਰਨ ਨਹੀਂ ਉਹਦੀ ਆਲਰੇਡੀ ਐਸਆਈਟੀ ਬਣੀ ਹੋਈ ਹੈ ਐਸਆਈਟੀ ਦੀ ਜਿਹੜੀ ਰਿਪੋਰਟ ਆ ਉਹ ਜੇ ਪੈਂਡਿੰਗ ਆ ਤੇ ਮੈਨੂੰ ਲੱਗਦਾ ਜਲਦੀ ਜਲਦੀ ਉਹਦੀ ਐਸਆਈਟੀ ਰਿਪੋਰਟ ਵੀ ਆ ਜਾਊਗੀ ਸੋਨੀ ਡੱਲਾ ਬਿਊਰੋ ਚੀਹ ਮੁਖਸਰ ਦੇਵੇਾ ਪੰਜਾਬ ਟੀਵੀ